की नाम है जी अपना? जतेंद्र जी हाँ जी, कितने तो रहने वाले? नरकर पिंड। हाँ जी, कि अज जिहड़े कि तुसीं भी अपने परिवार दे नाल आए हैं तो प्रेस कॉन्फ्रेंस की, मामला की सी सारा? मामला बस इहो है जी, चिट्टा पीँदी आ बस जी, इहनूं जां ते जां छड़ा देण ते जां इहनूं पीले सुट देण, सिद्धी जिहड़ी गल आ। ते जिहड़ा मुंडा नाल पलाउंदा इहनूं, उहनूं वी नाल चक्या जावे, जमा पे जी। नहीं तो ਤੁਹਾਡੀ ਸਿਸਟਰ ਕਿੰਨੇ ਟਾਈਮ ਤੋਂ ਜਿਹੜਾ ਕਿ ਨਸ਼ੇ ਦੇ ਆਦੀ ਹੋਈ ਪਈ ਹੈ? 4 ਸਾਲ ਹੋ ਗਿਆ ਜੀ ਇਹਨੂੰ। ਤੇ ਤੁਹਾਨੂੰ ਇਸ ਬਾਰੇ ਕਦੋਂ ਪਤਾ ਲੱਗਾ? ਸਾਨੂੰ 2 ਸਾਲ ਤੋਂ ਪਤਾ ਲੱਗਾ, ਜਦੋਂ ਇੱਥੇ ਮੈਂ ਸ਼ਹਿਰ ਆਉਣ ਲੱਗਾ। ਤੇ ਨਹੀਂ, ਇਹ ਪਹਿਲਾਂ ਜਿਹੜੀ ਮੈਰਿਜ ਕੀਤੀ ਸੀ ਉਹ ਮੈਰਿਜ ਕਿਉਂ ਛੱਡ ਛੜਾ ਹੋਈ ਸੀ? ਨਸ਼ੇ ਤੋਂ ਕਰਕੇ ਹੋਇਆ ਸੀ ਇਹਨਾਂ ਦਾ, ਵੀ ਉਹ ਡੱਕਦੇ ਸੀ, ਰੁਕਦੀ ਨਹੀਂ ਸੀ। ਅੱਛਾ, ਉਸ ਤੋਂ ਬਾਅਦ ਇਹਦਾ ਛੱਡ ਛਡਾ ਕਰਵਾਤਾ ਸੀ? ਹਾਂਜੀ, ਇਹਨੇ ਛੱਡ ਛਡਾ ਕਰ ਲਿਆ। ਤਾਂ ਹੁਣ ਤੁਹਾਡੇ ਕਹਿਣ ਘਰ 'ਚ ਹੈਗੇ? ਨਹੀਂ ਜੀ, ਅਸੀਂ ਤਾਂ ਇਹੋ ਕਹਿੰਦੇ ਹਾਂ ਵੀ ਇਹਨੂੰ ਪੀਲੇ ਸੁੱਟਿਆ ਜਾਵੇ, ਬਸ ਜਿਹੜੀ ਗੱਲ ਆ ਮੇਨ, ਬਸ ਆ ਹੀ ਹੋ। ਹਾਂਜੀ, ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਅਮਿਤਾ ਸਰ। ਹਾਂਜੀ, ਕੀ ਕਾਰਨ ਕੀ ਸੀ ਕਿ ਅੱਜ ਜਿਹੜੇ ਕਿ ਤੁਸੀਂ ਜਿਹੜੇ ਕਿ ਆਪਣੇ ਸਿਸਟਰ ਲਈ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ, ਸਾਰਾ ਕੀ ਮਾਮਲਾ ਕੀ ਸੀ? ਸਾਰਾ ਸਰ ਕੁਛ ਨਹੀਂ, ਮਾਮਲਾ ਇਹ ਹੈਗਾ ਵੀ ਮੈਂ ਆਪਦੀ ਭੈਣ ਲਈ ਕਰਕੇ ਕੀਤੀ, ਅੱਜ ਜੋ ਵੀ ਕੀਤਾ ਆ ਉਹਨਾਂ ਨੂੰ ਬਚਾਉਣ ਵਾਸਤੇ। ਉਹ ਹੈ ਕਈ ਸਾਲਾਂ ਵਿੱਚ ਉਹ ਪਈ ਹੈ ਨਸ਼ੇ ਵਿੱਚ, ਠੀਕ ਆ, ਉਹਨੂੰ ਅਸੀਂ ਕਢਵਾਉਣਾ ਚਾਹੁੰਦੇ ਹਾਂ, ਪਰ ਜਿਹੜੇ ਲੋਕ ਚਿੱਟਾ ਚੁੱਟਾ ਉਹਨੂੰ ਵੇਚਣਾ ਚਾਹੁੰਦੇ ਨਾਲ ਹੈਗੇ ਆ ਉਹਨਾਂ ਦੇ, ਉਹ ਉਹਨੂੰ ਨਿਕਲ ਨਹੀਂ ਦਿੰਦੇ ਹੈਗੇ ਦਲਦਲ ਦੇ ਵਿੱਚੋਂ। ਅਤੇ ਬਾਕੀ ਕਹਿੰਦੇ ਆ ਵੀ 2 ਨੰਬਰ ਗਲੀ ਵਿੱਚ, ਕਹਿੰਦੀ ਮੈਂ ਕਿਸੇ ਨੂੰ ਨਹੀਂ ਜਾਣਦੀ, ਉਹ ਜਾਣਦੀ ਆ ਸਾਰਿਆਂ ਨੂੰ ਉੱਥੇ, ਜਿਹੜੇ ਕਾਬਲ ਹੋਣੀ ਆ ਉਹਨਾਂ ਦੀ ਦਰਖਾਸਤ ਦਿੱਤੀ ਹੋਈ ਨਾ, ਅਤੇ ਹੁਣ ਉਹ ਵਾਪਸ ਲੈਂਦੀ ਪਈ ਉਹਨਾਂ ਦਰਖਾਸਤ। ਸਾਨੂੰ ਇਹ ਨਹੀਂ ਪਤਾ ਵੀ ਕੀ ਚੱਕਰ ਆ ਕੀ ਨਹੀਂ ਹੈਗਾ, ਕਾਹਤੋਂ ਉਹਨੂੰ ਕੀਤਾ ਪਿਆ ਇੱਦਾਂ। ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਤੁਹਾਡੀ ਸਿਸਟਰ ਅੰਡਰ ਪ੍ਰੈਸ਼ਰ ਆ? ਹਾਂਜੀ ਹੈਗਾ। ਤੇ ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ? ਅਸੀਂ ਇਹੀ ਮੰਗ ਕਰਦੇ ਹਾਂ ਉੱਥੋਂ ਵੀ ਉਹਨਾਂ ਨੂੰ ਬੱਸ ਲਿਆਇਆ ਜਾਵੇ ਇੱਥੇ, ਫੜ ਕੇ ਉਹਨੂੰ ਫੜ ਕੇ ਇੱਥੇ ਉਹਦਾ ਇਲਾਜ ਕਰਾਇਆ ਜਾਵੇ। ਬਾਕੀ ਜਿਹੜੇ ਚਿੱਟੇ ਦੇ ਹੈਗੇ ਵਪਾਰੀ ਉਹਨਾਂ ਨੂੰ ਫੜਿਆ ਜਾਵੇ, ਇੱਦਾਂ ਦਾ ਕੰਮ ਗਾਂਹ ਕਿਸੇ ਹੋਰ ਧੀ ਭੈਣ ਨਾਲ ਨਾ ਹੋਵੇ, ਠੀਕ ਆ। ਕੀ ਨਾਮ ਹੈ ਜੀ ਆਪਣਾ? ਬੰਸੋ। ਹਾਂਜੀ, ਕਿੱਥੋਂ ਦੇ ਰਹਿਣ ਵਾਲੇ? ਨਰਕਟ ਪਿੰਡ, ਪੰਜਾਬ ਗੇੜ ਦੇ। ਹਾਂਜੀ, ਅੱਜ ਆ ਕੇ ਤੁਸੀਂ ਆਪਣੇ ਬੱਚੇ ਨਾਲ ਇੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ, ਕੀ ਕਾਰਨ ਕੀ ਸੀ ਜੀ ਕਿ ਪ੍ਰੈਸ ਕਾਨਫਰੰਸ ਕਰਨ ਦਾ? ਮੈਨੂੰ ਫੋਨ ਆਇਆ ਸੀ ਬੇਟੀ ਦਾ, ਕਹਿੰਦੀ ਵੀ ਮੈਨਾਂ ਵੀ ਇੱਦਾਂ ਵੀ ਕੋਈ ਲੜਾਈ ਝਗੜੇ ਦਾ ਕੋਈ ਹੋਇਆ ਹੋਗਾ ਫੈਸਲਾ, ਮੈਨੂੰ ਨਹੀਂ ਪਤਾ ਕੋਈ ਵੀ, ਤਾਂ ਕਹਿੰਦੀ ਮੇਰਾ ਰਾਜ਼ੀਨਾਮਾ ਹੋਇਆ ਆ, ਅਤੇ ਮੈਨੂੰ ਇੰਨਾ ਨਹੀਂ ਪਤਾ ਵੀ ਰਹਿੰਦੀ ਤਾਂ ਇੱਥੇ ਰਹੀ ਆ, ਸਾਰਿਆਂ ਨੂੰ ਪਤਾ ਆ ਵੀ ਇੱਥੇ ਰਹਿੰਦੀ ਸੰਤਪੁਰ ਮਹੱਲੇ 'ਚ, ਸਾਰੇ ਮਹੱਲੇ ਨੂੰ ਪਤਾ ਆ, ਅਤੇ ਸ਼ਹਿਰ ਨੂੰ ਵੀ ਪਤਾ ਹੈ, ਇਹਨੇ ਕਿਹਾ ਵੀ ਸ਼ਹਿਰ ਨੂੰ ਵੀ ਪਤਾ ਹੈ, ਨਸ਼ਿਆਂ ਦੇ ਵਿੱਚ ਪਈ ਹੈ, ਟੀਕੇ ਲਾਉਂਦੀ ਹੈ, ਨਹੀਂ ਤਾਂ ਇਸ ਜਿਨ੍ਹਾਂ ਦੇ ਕੋਲ ਰਹਿੰਦੀ ਆ ਉਹਨਾਂ ਦੇ ਵਿੱਚ ਹੀ ਨਸ਼ਿਆਂ 'ਚ ਲੱਗੀ ਹੈ ਚਿੱਟਿਆਂ ਦੇ ਪਰਾਉਣੇ ਦੇ ਕੋਲ। ਪਰ ਨਹੀਂ ਉਹਦੇ ਮਤਲਬ ਤਾਂ ਹੁਣ ਕੰਪਲੇਂਟ ਇੱਕ ਜਿਹੜੀ ਕਿ ਵਾਪਸ ਆਪਣੀ ਲੈ ਲਈ ਪਈ ਹੈ, ਅਤੇ ਇਹ ਤਾਂ ਮਾਮਲਾ ਕਈ ਕਹਿ ਰਹੇ ਕਿ ਘਰੇਲੂ ਮਾਮਲਾ, ਇਹ ਸਾਰਾ ਮਾਮਲਾ ਕੀ ਹੈ, ਕੀ ਹੈ ਕਾਰਨ? ਹਾਂਜੀ, ਕੀ ਘਰੇਲੂ ਮਾਮਲਾ ਸੀ? ਹਾਂਜੀ, ਘਰੇਲੂ ਮਾਮਲਾ ਆ ਵੀ ਮੈਂ ਇਸ ਕਰਕੇ ਕਹਿੰਦੀ ਹਾਂ ਵੀ ਇਹ ਨਸ਼ੇ ਦੇ ਵਿੱਚੋਂ ਕੱਢੀ ਜਾਵੇ, ਟੀਕੇ ਬਹੁਤ ਨਸ਼ੇ ਦੇ ਲਾਉਂਦਾ ਪਈ ਆ, ਮੈਨੂੰ ਬੱਚੇ ਦਾ ਵੀ ਡਰ ਵੀ ਮੇਰੇ ਬੱਚੇ ਨੂੰ ਮੈਂ ਨਸ਼ੇ 'ਤੇ ਲਾ ਦੇਵੇ। ਜਿਹੜਾ ਤੁਹਾਡਾ ਬੇਟਾ ਹੈਗਾ, ਕੀ ਨਾਮ ਕੀ ਇਹਦਾ? ਇਹਦਾ ਨਾਂ ਜਤਿੰਦਰ ਸਿੰਘ ਆ। ਇਹ ਕਿੰਨੇ ਟਾਈਮ ਤੋਂ ਇੱਥੇ ਰਹਿ ਰਿਹਾ? ਇੱਥੇ ਨਹੀਂ, ਪਿੰਡ ਹੀ ਰਹਿੰਦਾ, ਉੱਦਾਂ ਆਪਣੇ ਇਹਦੇ ਤੋਂ ਸਿਸਟਰ ਤੋਂ ਆਉਂਦਾ ਆ, ਆ ਕੇ ਮਿਲ ਕੇ ਚੱਲ ਜਾਂਦਾ ਹੈ। ਅੱਛਾ, ਕਹਿਣ ਦਾ ਮਤਲਬ ਕਿ ਕਿਤੇ ਨਾ ਕਿਤੇ ਤੁਹਾਨੂੰ ਆਪਣੇ ਇੱਕ ਬੇਟੇ ਦਾ ਵੀ ਡਰ ਸਤਾ ਰਿਹਾ ਵਾ ਕਿ ਕਿਤੇ ਉਹ ਵੀ ਨਸ਼ੇ ਰਿਹਾ ਵੀ ਇਹਨੂੰ ਕਿਸੇ ਵਿੱਚ ਦਲਦਲ 'ਚ ਇਹਨੂੰ ਨਾ ਫਸਾ ਦੇਵੇ, ਮੇਰੀ ਇਹੋ ਹੀ ਮੰਗ ਆ। ਤਾਂ ਹੁਣ ਤੁਸੀਂ ਪੁਲਿਸ ਤੋਂ ਕੀ ਮੰਗ ਕੀ ਕਰਦੇ? ਪੁਲਿਸ ਤੋਂ ਮੰਗ ਇਹ ਕਰਦੇ ਵੀ ਨਸ਼ਿਆਂ ਦਾ ਵੀ ਉਹ ਨਸ਼ੇ ਛੱਡੇ ਜਾਣ, ਇਹਨੂੰ ਇਹ ਦਲਦਲ 'ਚੋਂ ਨਿਕਲ ਜਾਵੇ। ਹਾਂਜੀ ਸਰ, ਕੀ ਨਾਮ ਆ ਜੀ ਆਪਣਾ? ਮੇਰਾ ਨਾਮ ਲਾਲ ਆ। ਹਾਂਜੀ ਸਰ, ਜਿਹੜੀ ਕਿ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ, ਕੀ ਕਾਰਨ ਕੀ ਸੀ ਕਿ ਜਿਹਨੂੰ ਲੈ ਕੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ? ਸਰ ਕਾਰਨ ਇਹ ਆ ਵੀ ਜਿਹੜੀ ਮੇਰੀ ਪਹਿਲੀ ਪਤਨੀ ਇਹ ਕੋਮਲ ਸੀ, ਠੀਕ ਹੈ ਜੀ, ਉਹਦੇ ਵਿੱਚੋਂ ਮੇਰੇ ਬੇਟੀ ਅਤੇ ਬੇਟਾ ਹੋਇਆ ਸੀ, ਜਿਹਦੀ ਬੇਟੇ ਡੈਥ ਹੋ ਗਈ ਆ, ਬੇਟੀ ਇਸ ਟਾਈਮ ਮੇਰੇ ਕੋਲ ਵਾ। ਇਹ ਕੁਛ ਸਮੇਂ ਤੋਂ ਮੇਰੇ ਤੋਂ ਚੋਰੀ ਚਿੱਟਾ ਪੀਂਦੀ ਸੀ, ਮੈਂ ਕੰਮ 'ਤੇ ਚੱਲ ਜਾਣਾ, ਮੇਰੇ ਤੋਂ ਚੋਰੀ ਚਿੱਟਾ ਪੀਂਦੀ ਸੀ, ਲੋਕਾਂ ਦਾ ਸਪਲਾਈ ਕਰਦੀ ਸੀ, ਮੈਂ ਬਾਹਰੋਂ ਫੋਨ ਨੂੰ ਬਾਨਾ ਇੱਥੇ ਮੌਜੂਦਾ ਹੈਗਾ ਵਾ, ਜਿਹਦੀ ਮੈਂ ਟਰੈਕਟਰ ਟਰਾਲੀ ਚਲਾਉਂਦਾ ਸੀਗਾ, ਠੀਕ ਆ, ਜਦੋਂ ਮੈਂ ਕੰਮ ਤੋਂ ਰਾਤ ਨੂੰ ਆਉਣਾ ਇਹਨੇ ਰੱਜੀ ਹੋਣਾ ਜਾਂ ਕੁਛ ਵੀ, ਮੈਨੂੰ ਬਹਾਨਾ ਲਾ ਲੈਣਾ, ਮੇਰੇ ਦਰਦ ਹੁੰਦੀ ਆ ਕੁਛ ਵੀ, ਮੈਂ ਕਹਿਣਾ ਚੱਲ ਕੋਈ ਨਹੀਂ ਮੈਂ ਰੋਟੀ ਪਾਣੀ ਆਪ ਲਾ ਲੈਣਾ। ਜਦ ਮੈਨੂੰ ਇਹਦੇ ਪਰੂਫ ਉੱਤੋਂ ਮਿਲ ਗਏ, ਟੀਕੇ ਦੀਆਂ ਸਰਿੰਜਾਂ,
टीका पन्नी सब कुछ मिल गया। मैं दो तीन बारी दसिया कुटिया मारिया, फिर जिहड़े बंदे नाल जांदी सी उन्होंने मैं मौजूदा इन्हू नाल फड़ लिया। मैं खुद कहा, मैं बंद खुद कहा भी तुम इस दलदल के क्यों पाँदे हैं? वो कहते असी कि खिंच के पाँदे आप साढ़े घर चल के आँदी है। तो मैं कहा तुम दिने तो लेंदी है, उन्होंने कोई कहता तो नहीं भी इतने आके इतों वेखता इतने लै जाए घरों ले जाती है तो फिर ही पीती है। मेरे ना दो तीन बार झड़प हुई है, ठीक है जी। मैं इन्हू समझाया वा मेरा मतलब के तलाक हो गया साल के पहला, फिर अपनी दूजी सैकेंड मैरिज कर ली है। हूँ मैं जो पता लगा मैं इस शहर चो बहर से, जो मैं हूँ पता लगा मैं हूँ अपने आप से शरेआम बयान देन दिया वा, जो मैं पता लगा भी यह दलदल के आ गई है पै गई है। चलो मैं सैकेंड मैरिज करा भी ली है, फिर भी मेरी जी घर दी वो सिस्टर आ फिर भी साढ़े को लगती है, ठीक है। माँ मम्मी भी नाल आया, वह ब्रदर भी नाल आया, मैंने इन्होंने दसिया भी आह गल गल वा आप कुड़ी ने दलदल से कढ़ा। मैं मैं तो मैं कह मेरा कोई लिंक नहीं उदना है, मेरी वाइफ आ मेरे ना खुश आ सारा कुछ आ, ये कहते साडा करके तुर पै। हूँ मैं इन्होंने चेताव नहीं एक गल कहना वा, जां तो उन्होंने सुधारिया जाए जां नूं लभ के किसी हस्पताल दाखिल कराया जाए तो उहदे कोल चिट्टा छड़ाया जाए। जे नहीं चिट्टा छड़ाउंदे तो समेत कोमल दे समेत दोषियों के इन्हां ते कार्रवाई की जाए, नहीं तो इस गल की जंग मैं छेड़ूंगा। मैं उपर तो लैके थले तक हाई कोर्ट तक सब तक जाऊँगा भी कुड़ियां नूं दलदल दे विच पाउण वाले चिट्टे दे व्यापारी इन्हां नूं जिहड़े कहिंदे आ काबल सिंह ने दरखास्त दित्ती आ। इस टाइम मैनू नहीं पता क्यों मुकरदी आ, दरखास्तां दा मैनू नहीं पता क्यों दिंदे सी एक दूजे ते, कोई रीजनल नहीं हुंदा दरखास्त देण दा। पहला रीजनल सी उहदा कोई होर, की पता की रीजनल सी वी उहनूं समान ना दिंदे होणगे जां उहदा कहना ना मानदे होणगे जां कोई भी रीजनल ला लो जां उहनां दा हुंदा वा। हुण उहनां दे विच अनबण हो गई, सुलह हो गई, ये नहीं पता भी क्यों सुलह हुई है कातों हुई है। सुलह इस करके होंगी है जे एक मैं तुम्हें ना कर देव किसी चीज़ तो मेरी तेरे ना बिगड़ गई, जे मैं तुम्हें हाँ कर दा मेरी तेरे ना प्रॉपरली चलती है। पहले उन्होंने कहते ना नू करती होगी कुछ गुस्से नाराज होकर दरखा देती, कोई एडा चूचा तो होंगे नहीं जिसे दाया घट्टो घट अठ नौ न्याणे आ उस जनानी के, ठीक है जी। पता तो होंगे बंदे भी मैं कि काम कर लगी, चलो मान लो कहते अनपढ़ा, मैं भी खुद अनपढ़ हाँ, मैं भी थाने कचहरी रोज़ रहना वा, इन्ना तो पता भी आ भी मैं थाने चला या मैं SSP से चला किहड़े कारण चला, पता ही सी दरखास्त देन चली हाँ जां कुछ भी। अज किसी का भी एलीगेशन लाउंदी आ जां किसी नूं भी मोहरा बना के दस दी आ मेरे ना फलाना बंदा सी मैंने ढकाना, कोई चूचा तो हुंदा नहीं दुध चौंकदा जिहड़ा चाके लै गया। दरखास्त दित्ती आ कुछ कारण दित्ती उहने, कारण दित्ती इस टाइम पता नहीं भी उहनूं की हरासमेंट आ, जां तो चिट्टे दे कारण चिट्टे दे विच धुंद हो के कही जांदी आ मेरा राजीनामा मेरा कोई इहनां लिंक नहीं। जद कि मैं 2016 के इतने रह चुका दो नंबर गली संतपुरे, बच्चा बच्चा सानू जानता कि बंदा झूठ मारूगा। इस टाइम मैं किसी जानता नहीं, मैं प्रूफ सारी गल का गवाह हाँ भी कि बंदा नहीं जानता नहीं, ए तो लैके जैड तक सारा सुंदर संतपुरा सुंदर नगर मिताबगढ़ सारा जानता। इस टाइम वो मुकर रही आ दरखास्त दे के, रीजन ये आ भी उन्हें जो पैसे ले लिया जो धौन के गोडा रखा गया जनू कोई दबाव आ। इस संबंध पुलिस के उच्च अधिकारी तो किस तरह की जांच की मांग कर इस संबंध से मैं SSP साहब को मैं छोटे अधिकारियों नहीं कहता, मैं SSP साहब को सीधी ही स्पष्ट मांग करदा उन्हें दलदल के कढ़े जाए। जे नहीं वो दलदल के निकलना चाहती वो समेत ही जिन्हें भी चिट्टे के तस्कर आ और अपने देह व्यापार के तस्कर आ इन्हों सारे कार्रवाई की जाए, इन्हों पिछे तो लैके ए तो लैके जेड तक इन्हों चिट्टे पोल खोले जा। जे नहीं पोल खोलते पुलिस को फिर सानू दस दे असं अपने आप भी पोल खिलाने जाते हैं, नहीं तो भी कुड़िया जिड़िया धियां भैन सारे सांझिया वा। असं यह नहीं कहते किसी की अज मेरी जनानी नहीं रही ज कुछ भी नहीं रही, मेरी जनानी मौजूदा मेरे कोल बैठी है, ठीक है। फिर भी वो भैन आ असं इस गलू ताज करते हैं भी चलो परिवार की एक साढ़े सरलता भी असं क्ढना चाहते हैं। जो नहीं निकलना चाहती तो उन्होंने समेत ही जिन्हें उन्होंने कार्रवाई कराई सी इस संबंधी वो राजीनामे करने तो जो दरखास्त देने इन्हें दोनों से ही कार्रवाई की जाए भी तू इस टाइम पहला दरखास्तां दिनी SSP दे कोई SSP न्याणा खड़ा समझदी है ज थाने खड़ा समझदी है किसी चीज़ में खड़ा समझदी है। खेड नहीं गुड्डी गुड्डे का खेड नहीं, दरखास्त देती वापस लै ली कोई रीजन इस गल तो जानू धमकी दी गई है तो जानू पैसा दिता गया वा मूँह बंद करन दा।